ਪਾਣੀ ਦੇ ਹੇਠਾਂ ਜਾਣ ਦੀ ਪੰਜਾਬ ਦੀ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਹੈਗੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ 66% ਏਰੀਏ ਦੇ ਵਿੱਚ ਪਾਣੀ 10 ਮੀਟਰ ਤੋਂ ਥੱਲੇ ਜਾ ਚੁੱਕਿਆ ਜਿਹੜਾ ਕਿ ਇਹ ਪਹਿਲਾਂ 10 ਮੀਟਰ ਤੇ ਉੱਪਰ ਸੀ ਸਾਰਾ ਏਰੀਆ ਉਹ ਅੱਜ ਦੇ ਥੱਲੇ ਜਾ ਚੁੱਕਿਆ ਸੋ ਇਸ ਕਰਕੇ ਹੇਠਾਂ ਸਤਾ ਪਾਣੀ ਦੀ ਸਤਾ ਜਾਣ ਦੀ ਰਫਤਾਰ ਵੀ ਬਹੁਤ ਤੇਜ਼ੀ ਜਾਣ ਨਾਲ ਜਾ ਰਿਹਾ ਸੀਗਾ ਪਰ ਇਹ ਜਿਹੜੀ ਥੋੜੀ ਜੀ ਰੁਕ ਗਈ ਆ ਪਿਛਲੇ ਜਦੋਂ 10-15 ਸਾਲ ਤੋਂ ਜਥੇ ਸਾਲਾਂ ਤੋਂ ਜਦੋਂ ਤੋਂ ਅਸੀਂ ਚੋਣਾਂ ਲੇਟ ਲਾਉਣਾ ਸ਼ੁਰੂ ਕੀਤਾ ਰਫ਼ਤਾਰ ਆ ਜਿਹੜੀ ਤਕਰੀਬਨ ਜਦੋਂ ਅਸੀਂ 10 ਜੂਨ ਤੇ ਲਾਉਣਾ ਸ਼ੁਰੂ ਕੀਤਾ 2005 2008 ਕਾਨੂੰਨ ਬਣ ਗਿਆ ਸੀਗਾ ਤੇ ਰਫ਼ਤਾਰ ਆ ਜਿਹੜੀ ਘਟ ਕੇ ਅੱਧੀ ਰਹਿ ਗਈ ਸੀ ਬਹੁਤ ਸਾਰੇ ਏਰੀਆ ਦੇ ਵਿੱਚ ਤੇ ਦੂਸਰੇ ਪਾਸੇ ਜਿਹੜਾ ਸਾਡੀ ਜਿਹੜੀ ਰਾ ਹੈਗੀ ਆ ਪਾਣੀ ਦੀ ਸਤਾ ਜਿਹੜੀ ਆ ਉਹ ਇੱਕ ਬਹੁਤ ਸਾਰੇ ਏਰੀਆ ਚ ਅਜੇ ਵੀ ਥੱਲੇ ਜਾ ਰਹੀ ਸੀ ਪਰ ਜਿੱਥੇ ਦਰਤ ਸਿ ਦਰਿਆ ਨਰਿਆਵਾਂ ਦੇ ਨੇੜੇ ਏਰੀਆ ਉਹਨਾਂ ਦੇ ਵਿੱਚ ਕਾਫੀ ਏਰੀਆ ਦੇ ਵਿੱਚ ਪਾਣੀ ਦੀ ਸਤ੍ਹਾ ਕਾਫੀ ਠੀਕ ਘਟ ਜਾ ਰਹੀ ਸੀਗੀ ਆਂਕੜੇ ਕੀ ਕਹਿੰਦੇ ਆਂਕੜੇ ਦਾ ਜਿੱਥੇ ਤੱਕ ਹੈਗਾ ਵੀ ਪਹਿਲਾਂ ਜਿਹੜੇ ਆ ਸਾਡੇ ਜਿਸ ਰਫਤਾਰ ਨਾਲ ਪਾਣੀ ਥੱਲੇ ਜਾ ਰਿਹਾ ਸੀਗਾ ਮਤਲਬ 2005 ਤੱਕ ਜੇ ਅਸੀਂ ਦੇਖੀਏ 1999 ਤੇ ਲੈ ਕੇ 2005 ਤੱਕ ਜਿਹੜੀ ਰਫਤਾਰ ਹਰ ਸਾਲ ਪਹਿਲਾਂ 201992 ਚ 91000 ਹੈਕਟੇਅਰ ਦੇ ਥੱਲੇ ਪਾਣੀ 10 ਮੀਟਰ ਥੱਲੇ ਜਾਂਦਾ ਸੀ ਹਰ ਸਾਲ 2002 ਦੇ ਵਿੱਚ ਤੱਕ 158000 ਹੈਕਟੇਅਰ ਦੇ ਥੱਲੇ ਜਾਂਦਾ ਸੀ ਹਰ ਸਾਲ 2005 ਤੱਕ 2005 ਤੇ 2002 ਤੇ 5 ਦੇ ਵਿੱਚ 175000 ਹਰ ਸਾਲ ਏਰੀਆ ਦੇ ਵਿੱਚ ਹੈਕਟੇਅਰ ਪਾਣੀ ਥੱਲੇ ਜਾ ਰਿਹਾ ਸੀ ਤੇ 2000 ਜਦੋਂ ਅਸੀਂ ਚੋਨਾ 10 ਜੂਨ ਤੋਂ ਸ਼ੁਰੂ ਕੀਤਾ ਔਡੋ ਐਕਸਾ 3 ਘੱਟ ਕੇ 103 ਰਹਿ ਗਿਆ 2010 ਦੇ ਵਿੱਚ 97000 ਰਹਿ ਗਿਆ ਸਾਲ ਹਰ ਸਾਲ ਵੱਧਦਾ ਸੀ ਤੇ 2012 ਦੇ ਵਿੱਚ ਸਿਰਫ 37000 ਤੇ 2016 ਦੇ ਵਿੱਚ 4 ਸਾਲਾਂ ਚ ਸਿਰਫ 2000 ਪਰイヤー ਵੱਧ ਰਿਹਾ ਸੀਗਾ ਜਿਹੜਾ ਕਿ ਹੁਣ ਜਦੋਂ 2018 ਦਾ ਡਾਟਾ ਆ ਜਾਊਗਾ ਤੇ ਇਹਦਾ ਮਤਲਬ ਹੋਰ ਵੀ ਇਕਾ ਹੋ ਸਕਦਾ ਵੀ ਇਹ ਏਰੀਆ ਬਿਲਕੁਲ ਜ਼ੀਰੋ ਹੋ ਜਵੇ ਤੇ ਰਦਰ ਪੜਨ ਚੜਨਾ ਸ਼ੁਰੂ ਹੋ ਜਵੇ 2000 ਆਉਣ ਵਾਲੇ ਦੋ-ਤਿੰਨ ਸਾਲਾਂ ਚ ਪਤਾ ਲੱਗ ਜਾਏਗਾ ਵੀ ਪਾਣੀ ਚੜਨੇ ਸ਼ੁਰੂ ਹੋ ਜਾਂਦੇ ਆ ਇਹ ਇਹ ਏਰੀਆ ਜਿਹੜਾ ਕਿ 68% ਸੀ ਘਟਣਾ ਸ਼ੁਰੂ ਹੋ ਸਕਦਾ ਜਦੋਂ ਅਸੀਂ ਝੋਨਾ 20 ਜੂਨ ਤੋਂ ਲਾਵਾਂਗੇ ਤੇ ਇਹਦਾ ਕਾਰਨ ਮੇਨ ਇਹੀ ਆ ਵੀ ਜਿਹੜਾ ਝੋਨਾ ਆ ਅਸੀਂ ਜਦੋਂ ਇਕੱਤਾ ਲਾਉਂਦੇ ਆ ਸੀਗੇ ਉਹਦੇ ਨਾਲ ਗਰਮੀ ਹੁੰਦੀ ਆ ਗਰਮੀ ਤੇ ਡਰਾਈ ਤੇ ਹੌਟ ਐਂਡ ਡਰਾਈ ਸੀਜ਼ਨ ਦੇ ਵਿੱਚ ਝੋਨਾ ਪਾਣੀ ਊੜ ਕੇ ਸਮਾਨ ਚਲੇ ਜਾਂਦਾ ਜਿੰਨਾ ਵੀ ਅਸੀਂ ਪਾਣੀ ਫਸਲ ਨੂੰ ਲਾਉਂਦੇ ਆ ਬਹੁਤਾ ਉੜ ਕੇ ਜਾਂਦਾ ਸੀ ਜਦੋਂ ਬਰਸਾਤ ਚ ਲਾਵਾਂਗੇ ਬਹੁਤਾ ਪਾਣੀ ਹਮ ਜ਼ਮੀਨ ਦੇ ਵਿੱਚ ਦਵਾਰਾ ਜੀਰ ਜਾਊਗਾ 70% ਤੇ ਉੜੂਗਾ ਬਹੁਤ ਥੋੜਾ ਇਸ ਕਰਕੇ ਬਰਸਾਤਾਂ ਚ ਝੋਨਾ ਜੇਕਰ ਲਾਵਾਂਗੇ ਹੀਠਾਂ ਪਾਣੀ ਜਾਣ ਦੀ ਸਤਾ ਨੂੰ ਬਹੁਤ ਹੱਦ ਤੱਕ ਰੋਕਿਆ ਜਾ ਸਕਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਜਿਵੇਂ ਲੁਧਿਆਣਾ ਸ਼ਹਿਰ ਆ ਸਾਰੇ ਬਲਾਕਾਂ ਦੇ ਜਿਹੜੇ ਨਾਲ ਦੇ ਬਲਾਕ ਆ ਲੁਧਿਆਣਾ ਦੇ ਬਲਾਕ ਦੇ ਉਹਨਾਂ ਦਾ ਪਾਣੀ ਕੱਢ ਕੇ ਅਸੀਂ ਸ਼ਹਿਰੀ ਵਰਤ ਰਹੇ ਸੀ ਸੋ ਜੇਕਰ ਇਹ ਨਹਿਰੀ ਪਾਣੀ ਫਰਜ ਕੀਤਾ ਲੁਧਿਆਣਾ ਫਰਜ ਕੀਤਾ ਸ਼ਹਿਰ ਇਹਨੂੰ ਦਿੱਤਾ ਜਾਊਗਾ ਜਾਂ ਦੂਜੇ ਸ਼ਹਿਰਾਂ ਨੂੰ ਇਹਦੇ ਨਾਲ ਇਹ ਆ ਵੀ ਜਿਹੜਾ ਇਹਨਾਂ ਦੇ ਜਾਣ ਦੀ ਸਤਹ ਨਾਲ ਦੇ ਬਲਾਕਾਂ ਦਾ ਵੀ ਫਾਇਦਾ ਹੋ ਲੁਧਿਆਣੇ ਦਾ ਤਾਂ ਫਾਇਦਾ ਹੋਊਗਾ ਹੀ ਹੋਊਗਾ ਪਾਣੀ ਨਹੀਂ ਸੱਥ ਥੱਲੇ ਜਾਊਗਾ ਪਰ ਕਿਉਂਕਿ ਲੁਧਿਆਣਾ ਇਕੱਲਾ ਨਾਲ ਦੇ ਬਲਾਕਾਂ ਦਾ ਵੀ ਜਿੰਨੇ ਵੀ ਅਡਜੋਇਨਿੰਗ ਸੀਗੇ ਸਾਰਾਂ ਦਾ ਪਾਣੀ ਡਰੇਨ ਕਰਦਾ ਸੀਗਾ ਹਿਟ ਲੰਡਰ ਗਰਾਉਂਡ ਉਹ ਵਸੇ ਜਾਊਗਾ ਸੋ ਇਸ ਕਰਕੇ ਬਹੁਤ ਹੀ ਵਧੀਆ ਪ੍ਰਾਪਲ ਹੈ ਵੀ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਡਰਿੰਕਿੰਗ ਵਾਸਤੇ ਸ਼ਹਿਰਾਂ ਵਾਸਤੇ ਦਿੱਤਾ ਜਾ ਰਿਹਾ ਹੈ ਜਿਹੜਾ ਗਰਾਊਂਡ ਵਾਟਰ ਪਾਣੀ ਦੀ ਗੱਲ ਕੀਤੀ ਹੈ ਜੀ ਬਰਸਾਤੀ ਦੀ ਤੁਸੀਂ ਜਿੱਥੇ ਤੱਕ ਬਰਸਾਤੀ ਪਾਣੀ ਹੈ ਸ਼ਹਿਰਾਂ ਵਾਲੇ ਮੈਂ ਕਹਾਂਗਾ ਵੀ ਮੋਤ ਮੈਂ ਵੀ ਸ਼ਹਿਰ ਦੇ ਵਿੱਚ ਰਹਿੰਦੇ ਆ ਅਸੀਂ ਬਹੁਤ ਹੀ ਸਪੋਇਲਡ ਆ ਐਸ ਕੰਪੇਅਰ ਟੂ ਪਿੰਡਾਂ ਦੇ ਅਸੀਂ ਆਪਣਾ ਘਰ ਪੱਕਾ ਕਰ ਲੈਂਦੇ ਆ ਜਿਹੜਾ ਪੱਕਾ ਕਰ ਲੈਂਦੇ ਆ ਸੜਕਾਂ ਸੜਕਾਂ ਦੇ ਨਾਲ ਦੇ ਨਾਲ ਜਿਹੜਾ ਏਰੀਆ ਉਹਨੂੰ ਵੀ ਇੰਟਰਲੋਕਿੰਗ ਟਾਈਲ ਲਾ ਕੇ ਪੱਕਾ ਕਰਕੇ